ਮੁਕਤਸਰ ਸਾਹਿਬ ਦੇ ਪਿੰਡ ਮਰਾੜ ਕਲਾਂ ਦੇ ਵਿੱਚ ਹੋਏ ਅੰਨੇ ਕਤਲ ਅਤੇ ਲੁੱਟ ਦੀ ਵਾਰਦਾਤ ਦੀ ਇਸ ਗੁੱਥੀ ਨੂੰ ਪੁਲਿਸ ਵੱਲੋਂ ਸੁਲਝਾ ਲਿਆ ਗਿਆ। ਦੱਸਿਆ ਜਾ ਰਿਹਾ ਕਿ ਪੁਲਿਸ ਨੇ ਦੋਸ਼ੀ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਅਤੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ। ਪੁੱਤ ਹੀ ਪਿਓ ਦਾ ਕਾਤਲ ਨਿਕਲਿਆ। ਦਰਅਸਲ ਉਸਦੇ ਵੱਲੋਂ ਲੁੱਟ ਦਾ ਡਰਾਮਾ ਰਚਿਆ ਗਿਆ ਸੀ ਅਤੇ ਖੁਦ ਆਪਣੇ ਪਿਓ ਨੂੰ ਹੀ ਮੌਤ ਦੇ ਘਾਟ ਉਤਾਰਿਆ ਗਿਆ। ਤਾਂ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ SSP ਸ਼੍ਰੀ ਮੁਕਤਸਰ ਸਾਹਿਬ ਤੁਸ਼ਾਰ ਗੁਪਤਾ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੇ ਵੱਲੋਂ ਪਿੰਡ ਮਰਾੜ ਕਲਾਂ ਵਿਖੇ ਹੋਏ ਅੰਨੇ ਕਤਲ ਅਤੇ ਲੁੱਟ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ। ਦੱਸਿਆ ਜਾ ਰਿਹਾ ਕਿ ਇੱਥੇ ਲਖਵੀਰ ਸਿੰਘ ਜਿਸਦਾ ਕਤਲ ਕੀਤਾ ਜਾਂਦਾ, ਉਸਦਾ ਪੁੱਤ ਜਿਸਦੇ ਵੱਲੋਂ ਖੁਦ ਦੇ ਸਾਰੀ ਸਾਜਿਸ਼ ਰਚੀ ਗਈ ਸੀ। ਦੱਸਿਆ ਜਾ ਰਿਹਾ ਕਿ ਇੱਥੇ ਪੁੱਤ ਜਿਹੜਾ ਹੈ ਉਸਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਆਪਣੇ ਪਿਤਾ ਨੂੰ ਦਵਾਈ ਦਵਾਉਣ ਦੇ ਲਈ ਅਲਟੋ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਜਦ ਉਹ ਫਾਟਕ ਦੇ ਨੇੜੇ ਪਹੁੰਚਿਆ ਤਾਂ ਅੱਗੋਂ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਸਦੀ ਗੱਡੀ ਦੇ ਸ਼ੀਸ਼ੇ ਪੰਨੇ ਗਏ ਅਤੇ ਉਸਦੇ ਕੰਨ 'ਤੇ ਪਿਸਤੌਲ ਤਾਣ ਦਿੱਤੀ ਗਈ। ਉਸਦਾ ਮੋਬਾਈਲ ਅਤੇ ਪਰਸ ਖੋਹਣ ਲੱਗੇ ਤਾਂ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਉਸਦੇ ਪਿਤਾ ਦੇ ਗਲ ਦੇ ਵਿੱਚ ਲੋਹੇ ਦੇ ਸਰੀਏ ਦੇ ਨਾਲ ਵਾਰ ਕੀਤੇ ਗਏ ਅਤੇ ਇਸੇ ਦਰਮਿਆਨ ਪਿਤਾ ਦੀ ਜਾਨ ਚਲੀ ਗਈ ਅਤੇ ਹਥਿਆਰਾਂ ਸਮੇਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਉਹ ਬਦਮਾਸ਼ ਉੱਥੋਂ ਰਫੂ ਚੱਕਰ ਹੋ ਗਏ। ਪਰ ਪੁਲਿਸ ਦਾ ਕਹਿਣਾ ਹੈ ਕਿ ਜਦ ਇਸ ਵਾਰਦਾਤ ਦੀ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇੱਥੇ ਪੁੱਤ ਹੀ ਆਪਣੇ ਪਿਓ ਦਾ ਕਾਤਲ ਨਿਕਲਿਆ, ਜਿਸ ਦੇ ਵੱਲੋਂ ਇਹ ਲੁੱਟ ਦਾ ਝੂਠਾ ਡਰਾਮਾ ਰਚਿਆ ਗਿਆ ਅਤੇ ਪਿਓ ਦਾ ਚਾਕੂ ਮਾਰ ਕੇ ਖੁਦ ਹੀ ਕਤਲ ਕੀਤਾ ਗਿਆ ਅਤੇ ਪੁਲਿਸ ਦੇ ਵੱਲੋਂ ਹੁਣ ਉਕਤ ਦੋਸ਼ੀ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਇਹ ਕਹਿਣਾ ਹੈ ਕਿ ਮੁੱਢਲੀ ਪੁੱਛਗਿੱਛ ਦੇ ਵਿੱਚ ਇਹ ਸਾਹਮਣੇ ਆਇਆ ਕਿ ਔਨਲਾਈਨ ਗੇਮ ਦੇ ਦੌਰਾਨ ਕਰੀਬ 25 ਲੱਖ ਰੁਪਏ ਮੁੰਡਾ ਹਾਰ ਗਿਆ ਸੀ। ਇਸ ਦਾ ਪਿਤਾ ਯਾਨੀ ਕਿ ਲਖਵੀਰ ਸਿੰਘ ਪੈਸਿਆਂ ਦਾ ਹਿਸਾਬ ਇਸ ਦੇ ਕੋਲੋਂ ਮੰਗਦਾ ਸੀ, ਜਿਸ ਦੇ ਚੱਲਦਿਆਂ ਇਸ ਪੁੱਤ ਦੇ ਵੱਲੋਂ ਆਪਣੇ ਹੀ ਪਿਓ ਨੂੰ ਮਾਰ ਮੁਕਾਇਆ ਗਿਆ। ਅੱਜ ਮੁਕਤਸਰ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ। ਜਦੋਂ ਇੱਕ ਰਿਪੋਰਟਡ ਇੰਸੀਡੈਂਟ ਜਿਹਦੇ ਵਿੱਚ ਇੱਕ ਗੱਡੀ ਦੇ ਲੁੱਟ ਖੋਹ ਵਾਲੇ ਪੈ ਗਏ ਸੀ ਅਤੇ ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਸੀ ਅਤੇ ਦੂਜਾ ਜ਼ਖਮੀ ਹੋ ਗਿਆ ਸੀ, ਇਸ ਚੀਜ਼ ਦੀ ਗੁੱਥੀ ਨੂੰ ਸੁਲਝਾਇਆ ਗਿਆ। ਸਾਡੀ ਸਾਰੀ ਟੀਮਸ ਨੇ ਬੜੀ ਚੰਗੀ ਮਿਹਨਤ ਕਰਕੇ ਇਸ ਕੇਸ ਨੂੰ ਵਿਦ ਇਨ ਅ ਡੇ ਰਿਜ਼ੋਲਵ ਕੀਤਾ। ਇਹਦੇ ਵਿੱਚ ਜੋ ਕਹਾਣੀ ਇਨ ਦੀ ਐਂਡ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈਗੀ ਕਿ ਕੋਈ ਲੁੱਟ ਖੋਹ ਵਾਲੇ ਗੱਡੀ ਨੂੰ ਨਹੀਂ ਪਏ ਸੀ। ਗੱਡੀ ਦੇ ਵਿੱਚ ਦੋ ਸਵਾਰ ਸੀ, ਇੱਕ ਫਾਦਰ ਸੀਗਾ, ਇੱਕ ਬੇਟਾ ਸੀਗਾ। ਬੇਟੇ ਦੇ ਕੁਛ ਪਰਸਨਲ ਇਸ਼ੂਜ਼ ਕਰਕੇ ਉਹਦੀ ਆਪਣੇ ਫਾਦਰ ਨੂੰ ਉਹਨੇ ਮਾਰਤਾ। ਮਾਰਨ ਤੋਂ ਬਾਅਦ ਉਸਨੇ ਉੱਥੇ ਇੱਕ ਸੀਨ ਕ੍ਰੀਏਟ ਕੀਤਾ ਜਿਹਦੇ ਵਿੱਚ ਉਹਨੇ ਆਪਣੀ ਗੱਡੀਆਂ ਦੇ ਸ਼ੀਸ਼ੇ ਬੰਨੇ ਅਤੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਗੱਡੀ ਨੂੰ ਹਮਲਾਵਰ ਪੈ ਗਏ ਸੀ ਅਤੇ ਪੈਕਰ ਉਹਨਾਂ ਨੇ ਇਹਦੇ ਫਾਦਰ ਦਾ ਮਰਡਰ ਕੀਤਾ ਅਤੇ ਇਹਨਾਂ ਦਾ ਫੋਨ ਚੱਕ ਕੇ ਲੈ ਗਏ ਅਤੇ ਗੱਡੀ ਦੀ ਚਾਬੀ ਲੈ ਗਏ। ਰੀਜ਼ਨ ਆਫ ਮਰਡਰ ਇਹ ਹੈਗਾ ਜੀ, ਹੀ ਇਹਨੇ 25 ਲੱਖ ਰੁਪਏ ਜੂਏ ਦੇ ਵਿੱਚ ਖੋਏ ਸੀ ਅਤੇ ਜੋ ਇਹਦੇ ਫਾਦਰ ਨੂੰ ਨਹੀਂ ਪਤਾ ਸੀ, ਇਹ ਆਪਣੇ ਫਾਦਰ ਨੂੰ ਕਹਿੰਦਾ ਹੁੰਦਾ ਸੀ ਕਿ ਜੀ 25 ਲੱਖ ਰੁਪਏ ਮੈਂ ਚੰਡੀਗੜ੍ਹ ਵਿੱਚ ਕਿਸੇ ਬਿਜ਼ਨਸ ਮੇਂ ਲਾਏ ਸੀ ਅਤੇ ਉੱਥੇ ਫਸ ਗਏ ਹਾਂ। ਅਤੇ ਇਹ ਇੱਥੋਂ ਉਸ ਦਿਨ ਸਵੇਰੇ ਚੰਡੀਗੜ੍ਹ ਚਲੇ ਸੀ ਫਾਦਰ ਇਹਨੂੰ ਲੈ ਕੇ ਕਿ ਆਪਾਂ ਆ ਚੱਲ ਪੈਸੇ ਕਢਾ ਕੇ ਲੈ ਕੇ ਆਈਏ, ਅਤੇ ਇਹਨੂੰ ਲੱਗਿਆ ਕਿ ਜੇਕਰ ਅਸੀਂ ਚੰਡੀਗੜ੍ਹ ਪਹੁੰਚ ਗਏ ਤਾਂ ਸਿਚੁਏਸ਼ਨ ਇਹ ਹੋ ਜੂਗੀ ਕਿ ਮੇਰੇ ਫਾਦਰ ਨੂੰ ਪਤਾ ਲੱਗ ਜੂਗਾ ਅਤੇ ਫਿਰ ਜੋ ਵੀ ਉਸ ਦੇ ਅੱਗੇ ਫੀਅਰ ਕਰਦਾ ਸੀ ਅਤੇ ਉਸ ਤੋਂ ਪਹੁੰਚਣ ਤੋਂ ਪਹਿਲਾਂ ਹੀ ਇਹਨੇ ਆਪਣੇ ਫਾਦਰ ਤੋਂ ਕਤਲ ਕਰਤਾ। ਇਹ ਇਕੱਲਾ ਸੀਗਾ, ਇਹਨੇ ਇਕੱਲੇ ਹੀ ਸਾਰੀ ਪਲੈਨਿੰਗ ਕੀਤੀ ਸੀ ਇਹਦੀ ਜੋ ਇੰਸੀਡੈਂਟ ਹੈਗਾ, ਅਤੇ ਮਾਰਨ ਤੋਂ ਬਾਅਦ ਇਹਨੇ ਸ਼ੋਅ ਕੀਤਾ ਸੀ ਕਿ ਇਹਨਾਂ ਨੂੰ ਹਮਲਾਵਰ ਪੈ ਗਏ ਸੀ। ਹਥਿਆਰ ਜੋ ਹਾਲੇ ਤੱਕ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਵਿੱਚ ਆਇਆ ਹੈ ਉਹ ਹੈਗਾ ਚਾਕੂ, ਅਤੇ ਤੇਜ਼ ਧਾਰ ਚਾਕੂ ਹੈ, ਉਹ ਰਿਕਵਰ ਕੀਤਾ ਜਾਏਗਾ ਅਤੇ ਸਾਨੂੰ ਔਰ ਐਗਜੈਕਟ ਡਿਟੇਲਸ ਮਿਲਣਗੀਆਂ ਉਹਦੀ ਕਿ ਕੀ ਚੀਜ਼ ਹੈਗੀ ਅਤੇ ਕੀ ਨਹੀਂ ਸੀਗੀ। ਫਾਇਰਿੰਗ ਵਾਲੀ ਗੱਲ
ਸਾਫ਼ ਸੁਥਰੀ ਝੂਠੀ ਗੱਲ ਸੀਗੀ ਜੀ। ਵਾਂ ਕੋਈ ਫਾਇਰ ਆਰਮ ਨਹੀਂ ਸੀਗਾ, ਮੁੰਡੇ ਦਾ ਪਲਾਨ ਆਪਣੇ ਫਾਦਰ ਮਾਰਨ ਦਾ ਸੀਗਾ, ਉਹਨੇ ਚਾਕੂ ਯੂਜ਼ ਕੀਤਾ, ਚਾਕੂ ਯੂਜ਼ ਕਰਕੇ 4 ਸਟੈਬ ਵੂੰਡਸ ਰਹੇ ਹੈ ਜਿਹਦੇ ਨਾਲ ਉਹਨਾਂ ਦੀ ਡੈਥ ਹੋਈ ਹੈ। ਨਹੀਂ, ਪੁੱਛਗਿੱਛ ਤੋਂ ਫਾਦਰ ਨੂੰ ਮਾਰਨ ਦੀ ਇਹਦੀ ਕੋਈ ਪਲੈਨਿੰਗ ਹਾਲੇ ਤੱਕ ਅਸੀਂ ਦੇਖ ਰਹੇ ਹਾਂ, ਹਾਲੇ ਪੁੱਛਗਿੱਛ ਚੱਲ ਰਹੀ ਹੈ, ਉਸ ਚੀਜ਼ ਤੋਂ ਕਲੀਅਰ ਹੋਏਗਾ। ਬਟ ਬਹੁਤ ਪ੍ਰੀ ਪਲਾਨ ਨਹੀਂ ਲੱਗਦਾ, ਇਹ ਲੱਗਦਾ ਹੈ ਕਿ 2-4 ਦਿਨ ਪਹਿਲੇ ਇਹਨੇ ਸੋਚਿਆ ਸੀ ਕਿ ਆਪਣੇ ਫਾਦਰ ਦਾ ਕੰਮ। ਨਹੀਂ ਜੀ, ਅਸਲੇ ਦਾ ਯੂਜ਼ ਨਹੀਂ ਹੋਇਆ, ਜੋ ਇਨੀਸ਼ੀਅਲ ਸਾਨੂੰ ਬਿਆਨ ਮਿਲੇ ਸੀ ਉਹਦੇ ਬੇਸਿਸ 'ਤੇ ਅਸੀਂ ਫਸਟ ਇਨਫੋਰਮੇਸ਼ਨ ਰਿਪੋਰਟ ਲਿਖੀ ਸੀ, ਅਤੇ ਐੱਫ ਆਈ ਆਰ ਲਿਖਣ ਤੋਂ ਬਾਅਦ ਅਸੀਂ ਅੱਗੇ ਤਫਤੀਸ਼ ਕਰਦੇ ਹੋਏ ਸਾਰੀ ਗੱਲਾਂ ਨੂੰ ਕਲੀਅਰ ਕੀਤਾ ਹੈ, ਅਤੇ ਆਰਮਸ ਜਾਂ ਵੈਪਨ ਯੂਜ਼ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ, ਇਹਦੇ ਵਿੱਚ ਅਕੋਰਡਿੰਗਲੀ ਸੈਕਸ਼ਨਸ ਦਾ ਵਾਧਾ ਔਰ ਘਾਟਾ ਕੀਤਾ ਜਾਏ। ਪੰਜਾਬ ਦੇ ਵਿੱਚ ਆਏ ਦਿਨ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ, ਅਤੇ ਤਾਜ਼ਾ ਮਾਮਲਾ ਜਲੰਧਰ ਦੇ ਇੱਕ ਪੌਸ਼ ਇਲਾਕੇ ਤੋਂ ਸਾਹਮਣੇ ਆਇਆ। ਦਰਅਸਲ ਸੈਂਟਰਲ ਟਾਊਨ ਦੇ ਵਿੱਚ ਨਕਾਬਪੋਸ਼ ਲੁਟੇਰੇ ਜਿਨ੍ਹਾਂ ਵੱਲੋਂ ਈ ਰਿਕਸ਼ਾ ਚਾਲਕ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ। ਸਾਰੀ ਵਾਰਦਾਤ ਉੱਥੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ ਕਿ ਕਿੰਜ ਇਹਨਾਂ ਦੋ ਨਕਾਬਪੋਸ਼ਾਂ ਦੇ ਵੱਲੋਂ ਈ ਰਿਕਸ਼ਾ ਚਾਲਕ ਨੂੰ ਘੇਰਿਆ ਜਾਂਦਾ, ਉਸਦੀ ਮਾਰਕੁੱਟ ਕੀਤੀ ਗਈ ਹੈ ਅਤੇ ਉਸਦੇ ਕੋਲੋਂ ਨਕਦੀ ਲੈ ਕੇ ਫਰਾਰ ਹੋ ਗਏ ਨੇ। ਹਾਲਾਂਕਿ ਸੀ ਸੀ ਟੀ ਵੀ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਕਿ ਜਦ ਈ ਰਿਕਸ਼ਾ ਚਾਲਕ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਹੈ ਤਾਂ ਲੁਟੇਰਿਆਂ ਨੇ ਉਸਦੀ ਮਾਰ ਕੁਟਾਈ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਰੋਲੇ ਰੱਪੇ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਦੇ ਘਰਾਂ ਦੇ ਵਿੱਚੋਂ ਦੋ ਵਿਅਕਤੀ ਵੀ ਬਾਹਰ ਆਉਂਦੇ ਨੇ ਅਤੇ ਜਦ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਹਥਿਆਰ ਵਿਖਾ ਕੇ ਉਹਨਾਂ ਨੂੰ ਧਮਕਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਵਾਪਸ ਭਜਾ ਦਿੱਤਾ ਜਾਂਦਾ ਹੈ। ਉੱਥੇ ਦੱਸਿਆ ਜਾ ਰਿਹਾ ਕਿ ਲੁਟੇਰੇ ਈ ਰਿਕਸ਼ਾ ਚਾਲਕ ਸਮੇਤ ਈ ਰਿਕਸ਼ਾ ਲੈ ਕੇ ਅੱਗੇ ਚਲੇ ਜਾਂਦੇ ਨੇ ਅਤੇ ਉਸਦੇ ਕੋਲੋਂ 1200 ਰੁਪਏ ਦੀ ਨਕਦੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ। ਇੱਥੇ ਈ ਰਿਕਸ਼ਾ ਚਾਲਕ ਦਾ ਕਹਿਣਾ ਹੈ ਕਿ ਉਹ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਅਤੇ ਹੁਣ ਇਸ ਵਾਰਦਾਤ ਦਾ ਉਹ ਸ਼ਿਕਾਰ ਹੋ ਗਿਆ। ਉਸਨੇ ਪੁਲਿਸ ਦੇ ਕੋਲੋਂ ਮੰਗ ਕੀਤੀ ਹੈ ਕਿ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ। ਉੱਧਰ ਇਸ ਬਾਬਤ ASI ਦਲਜੀਤ ਸਿੰਘ ਦਾ ਕਹਿਣਾ ਹੈ ਕਿ CCTV ਫੁਟੇਜ ਕਬਜ਼ੇ ਦੇ ਵਿੱਚ ਲੈ ਲਈ ਗਈ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇੱਕ ਆਟੋ ਨੇ ਆਟੋ ਵਾਲੇ ਨੇ ਬਿਠਾਇਆ ਪਿੱਛੇ ਪਿੱਛੇ ਮੇਰੇ ਕੋਲ ਪਿੱਛੇ ਪਿੱਛੇ ਮੇਰੇ ਗਾੜੀ ਕੇ ਥਾ ਜੋ ਦੋ ਬੰਦਾ ਬਿਠਾਇਆ ਥਾ ਉਹ ਦੋ ਬੰਦਾ ਮੇਰੇ ਉਹ ਗਲੀ ਕੇ ਅੱਗੇ ਲੈ ਕੇ ਗਏ ਹੈ ਚਾਕੂ ਨਿਕਾਲ ਕੇ ਮੇਰੇ ਗਰਦਨ ਪਰ ਛੁਰੀ ਰੱਖ ਦਿਆ ਸਾਰਾ ਪੈਸਾ ਮਾਰ ਮਾਰ ਕੇ ਨਿਕਾਲ ਲਿਆ ਤਾਂ ਇੱਧਰ ਸੇ ਲੈ ਕੇ ਫਿਰ ਜਾ ਰਹੇ ਤੇ ਮੇਰੀ ਬੈਟਰੀ ਵੇਚ ਲੈਤੀ ਤਬ ਇਸਮੇ ਗਾੜੀ ਜਬ ਬਹੁਤ ਜ਼ਬਰਦਸਤੀ ਕੀਆ ਹੂੰ ਤਬ ਉਸਕਾ ਪੰਨਾ ਛੋੜ ਕੇ ਮੈਂ ਛੋੜ ਪਾਇਆ ਉਸਕਾ ਚਿਹਰਾ ਹੀ ਫੋਟੀ ਮੈਂ ਆ ਰਹਾ ਪਰ ਮੇਰਾ 1200 ਰੁਪਏ ਰਹਾ ਉਹ ਨਿਕਾਲ ਲੈ ਕੇ ਗਏ ਉਹ ਮਾਰੇ ਹੈ ਬਸ ਇਤਨਾ ਕੰਮ ਕੀਆ ਹੈ ਔਰ ਬੈਟਰੀ ਕਾ ਕਹਿ ਰਹੇ ਥੇ ਵੀ ਤੁਮਕੋ ਚਲੋ ਮਾਰ ਡਾਲੇਂਗੇ ਗਾੜੀ ਚਲਾਤਾ ਹੂੰ ਜਾ ਕੇ ਉਹ ਅੱਗੇ ਹੋਈ ਬਗਲ ਮੈਂ ਗਲੀ ਮੈਂ ਇਹ ਤਾਂ ਆਟੋ ਵਾਲਾ ਇੱਧਰ ਆਇਆ ਦੋ ਮੁੰਡੇ ਸੀਗੇ ਆਟੋ ਵਾਲਾ ਉਹਦੇ ਪੈਸੇ ਪੂਏ ਖੋ ਕੇ ਬਾਕੀ ਦੇ ਦਿਆਂ ਜੋ ਕੈਮਰਾ ਜੋ ਸਾਹਮਣੇ ਚੀਜ਼ ਆਉਂਦੀ ਆ ਉਹ ਦੇਖ ਕੇ ਉਸ ਹਿਸਾਬ ਨਾਲ ਆਪਾਂ ਕਰ ਏਸੀ ਦਲਜੀਤ ਸਿੰਘ ਥਾਂ 2 ਨੰਬਰ 3 ਦੀ ਸੈਂਟਰ ਟਾਊਨ ਵਿੱਚ 3 ਨੰਬਰ ਦੀ। ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਵੱਲੋਂ ਅਮਰੀਕਾ ਦੇ ਵਿੱਚ ਸੰਬੋਧਨ ਕਰਦਿਆਂ ਹੋਇਆਂ ਸਿੱਖਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ, ਜਿਸ ਨੂੰ ਲੈ ਕੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਜਿਨ੍ਹਾਂ ਵੱਲੋਂ ਕੜੇ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਦਰਅਸਲ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਜਿਨ੍ਹਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਹੁਣ ਭਾਰਤ ਦੇ ਵਿੱਚ ਸਿੱਖ ਕੜਾ ਅਤੇ ਦਸਤਾਰ ਲੈ ਕੇ ਗੁਰੂ ਘਰ ਦੇ ਵਿੱਚ ਜਾ ਵੀ ਸਕਣਗੇ ਜਾਂ ਨਹੀਂ ਇਸ 'ਤੇ ਸਵਾਲ ਨੇ, ਤਾਂ ਉਹਨਾਂ ਦਾ ਕਹਿਣਾ ਹੈ ਕਿ ਕਈ ਮੁਗਲਾਂ ਕਈ ਗੋਰਿਆਂ ਤੋਂ ਲੈ ਕੇ ਕਾਂਗਰਸ ਸਰਕਾਰ ਨੇ ਵੀ ਇਹ ਕੋਸ਼ਿਸ਼ ਕੀਤੀ ਹੈ, ਪਰ ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਦਬਾਇਆ ਨਹੀਂ ਜਾ ਸਕਿਆ, ਸਿੱਖ ਹਮੇਸ਼ਾ ਹੀ
ਭਾਰਤ ਦੇ ਵਿੱਚ ਇੱਕ ਸਨਮਾਨਯੋਗ ਸਥਾਨ 'ਤੇ ਨੇ ਅਤੇ ਕਈ ਉੱਚ ਅਹੁਦਿਆਂ 'ਤੇ ਵੀ ਸਿੱਖ ਹੀ ਨੇ। ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਨਫ਼ਰਤ ਭਰੀ ਰਾਜਨੀਤੀ ਜਿਹੜੀ ਰਾਹੁਲ ਗਾਂਧੀ ਦੇ ਵੱਲੋਂ ਕੀਤੀ ਜਾ ਰਹੀ ਹੈ, ਜਿਸ ਦੀ ਕਿ ਉਹ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਨੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਦੇਸ਼ ਨੂੰ ਤੋੜਨ ਦੇ ਲਈ, ਦੇਸ਼ ਨੂੰ ਵੰਡਣ ਦੇ ਲਈ ਅਜਿਹੇ ਬਿਆਨ ਅਤੇ ਅਜਿਹੀ ਰਾਜਨੀਤੀ ਰਾਹੁਲ ਗਾਂਧੀ ਕਰ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਵੱਲੋਂ 1984 ਦੇ ਕਤਲੇਆਮ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਕਾਂਗਰਸ ਪਾਰਟੀ ਦੇ ਵੱਲੋਂ ਇਹ ਕਤਲੇਆਮ ਕਰਵਾਇਆ ਗਿਆ ਅਤੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਨਰ ਵਰਗੇ ਲੋਕਾਂ ਨੂੰ ਅਜੇ ਵੀ ਆਪਣੀ ਪਾਰਟੀ ਦੇ ਵਿੱਚ ਰੱਖਿਆ ਹੋਇਆ, ਜਿਸ ਨੂੰ ਲੈ ਕੇ ਸਿੱਖਾਂ ਦੇ ਪ੍ਰਤੀ ਕਾਂਗਰਸ ਦੀ ਮਾਨਸਿਕਤਾ ਵੀ ਸਾਹਮਣੇ ਆਉਂਦੀ ਹੈ। ਤਾਂ ਉਹਨਾਂ ਇਸ ਬਿਆਨ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਰਾਹੁਲ ਗਾਂਧੀ ਜੀ ਨੇ ਅੱਜ ਅਮੈਰੀਕਾ ਦੇ ਅੰਦਰ ਜੋ ਸਿੱਖਾਂ ਦੇ ਪ੍ਰਤੀ ਨਫ਼ਰਤ ਭਰੀ ਔਰ ਬਹੁਤ ਹੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ, ਮੈਂ ਉਹਦੀ ਕੜੇ ਸ਼ਬਦਾਂ 'ਚ ਨਿੰਦਾ ਕਰਦਾ। ਇਹ ਕਹਿਣਾ ਕਿ ਭਾਰਤ ਦੇ ਅੰਦਰ ਸਿੱਖਾਂ ਦੀ ਦਸਤਾਰ ਕੜਾ ਸੁਰੱਖਿਅਤ ਨਹੀਂ, ਗੁਰਦੁਆਰੇ ਜਾ ਸਕਣਗੇ ਕਿ ਨਹੀਂ ਜਾ ਸਕਣਗੇ, ਇਸ ਦਾ ਸਵਾਲ ਆ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਕੋਸ਼ਿਸ਼ਾਂ ਜ਼ਖਰੀਆ ਖਾਨ ਤੋਂ ਲੈ ਕੇ, ਔਰੰਗਜ਼ੇਬ ਤੋਂ ਲੈ ਕੇ, ਅਬਦਾਲੀ ਤੋਂ ਲੈ ਕੇ, ਗੋਰਿਆਂ ਤੋਂ ਲੈ ਕੇ ਔਰ ਕਾਂਗਰਸ ਤੱਕ ਸਭ ਨੇ ਕੋਸ਼ਿਸ਼ ਕੀਤੀ। ਸਿੱਖ ਦੀ ਦਸਤਾਰ ਨੂੰ ਕੋਈ ਹੱਥ ਪਾਉਣ ਦਾ ਕਲਪਨਾ ਵੀ ਨਹੀਂ ਕਰ ਸਕਦਾ, ਸੁਪਨੇ 'ਚ ਵੀ ਨਹੀਂ ਦੇਖ ਸਕਦਾ। ਔਰ ਮੈਂ ਇਹ ਵੀ ਜ਼ਰੂਰ ਕਹਿਣਾ ਚਾਹੁੰਦਾ, ਇਸ ਦੇਸ਼ ਦੇ ਅੰਦਰ ਉੱਚੇ ਤੋਂ ਉੱਚੇ ਪਦ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਹੋਵੇ, ਰਾਸ਼ਟਰਪਤੀ ਹੋਵੇ, ਸੈਨਾ ਅਧਿਆਕਸ਼ ਹੋਵੇ, ਸੁਪਰੀਮ ਕੋਰਟ ਦੇ ਚੀਫ ਜਸਟਿਸ ਹੋਣ, ਸਭ ਦੇ ਉੱਤੇ ਸਿੱਖ ਬੈਠੇ ਨੇ। ਬੜਾ ਸਨਮਾਨ ਅੱਜ ਦੇਸ਼ ਦੇ ਲੋਕ ਸਿੱਖਾਂ ਦਿੰਦੇ ਨੇ। ਪਰ ਤੁਸੀਂ ਹਮੇਸ਼ਾ ਹੀ ਇਸ ਤਰ੍ਹਾਂ ਦੀ ਦੇਸ਼ ਵੰਡੂ, ਕੌਮ ਵੰਡੂ, ਧਰਮ ਵੰਡੂ ਰਾਜਨੀਤੀ ਕੀਤੀ ਆ, ਔਰ ਉਹ ਨਫ਼ਰਤ ਭਰੀ ਰਾਜਨੀਤੀ ਦੇ ਚੱਲਦੇ 1984 ਦੇ ਅੰਦਰ ਤੁਸੀਂ ਸਿੱਖਾਂ ਦਾ ਕਤਲੇਆਮ ਵੀ ਕਰਾਇਆ। ਤੁਹਾਡੇ ਪਰਿਵਾਰ ਦੇ ਜਿੰਨਾ ਵੱਡਾ ਕਤਲੇਆਮ ਕਰਾਉਣ ਤੋਂ ਬਾਅਦ ਉਹਨਾਂ ਕਤਲੇਆਮ ਕਰਨ ਵਾਲੇ ਸੱਜਣ ਕੁਮਾਰ ਜਗਦੀਸ਼ ਟਾਈਟਨ ਨੂੰ ਵੀ ਤੁਸੀਂ ਆਪਣੀ ਪਾਰਟੀ 'ਚ ਅੱਜ ਵੀ ਰੱਖਿਆ ਹੋਇਆ। ਇਹ ਦਰਸਾਉਂਦਾ ਕਿ ਤੁਹਾਡੇ ਮਨ ਦੇ ਅੰਦਰ ਸਿੱਖਾਂ ਦੇ ਪ੍ਰਤੀ ਕਿੰਨੀ ਨਫ਼ਰਤ ਆ। ਇਹ ਦਰਸਾਉਂਦਾ ਕਿ ਤੁਸੀਂ ਸਿੱਖਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੇ ਜੇ। ਇਹ ਦਰਸਾਉਂਦਾ ਕਿ ਅੱਜ ਵੀ ਤੁਸੀਂ ਆਪਣੀ ਗੰਦੀ ਰਾਜਨੀਤੀ ਔਰ ਨਫ਼ਰਤ ਪ੍ਰਤੀ ਰਾਜਨੀਤੀ ਦੇ ਵਾਸਤੇ ਸਿੱਖਾਂ ਦੀ ਦਸਤਾਰ, ਕਕਾਰ ਔਰ ਗੁਰਦੁਆਰਿਆਂ ਨੂੰ ਵਿੱਚ ਲੈ ਕੇ ਆਏ ਜੇ, ਜਿਹਦੀ ਮੈਂ ਫਿਰ ਤੋਂ ਕੜੇ ਸ਼ਬਦਾਂ 'ਚ ਨਿੰਦਾ ਕਰਾਂ। ਰੂਸੀ ਫੌਜ ਦੇ ਵਿੱਚ ਸੇਵਾਵਾਂ ਨਿਭਾ ਰਹੇ 15 ਭਾਰਤੀਆਂ ਨੂੰ ਹੁਣ ਵਤਨ ਵਾਪਸ ਲਿਆਂਦਾ ਜਾ ਰਿਹਾ। ਦਰਅਸਲ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਜਿਨ੍ਹਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ, ਉਹਨਾਂ ਦਾ ਕਹਿਣਾ ਹੈ ਕਿ ਰੂਸੀ ਫੌਜ ਨੇ ਕਾਫੀ ਸਮਝਾਉਣ ਤੋਂ ਬਾਅਦ 15 ਭਾਰਤੀ ਨੌਜਵਾਨਾਂ ਨੂੰ ਰਿਹਾ ਕਰ ਦਿੱਤਾ ਹੈ, ਜਿਨ੍ਹਾਂ ਨੂੰ ਜਲਦ ਭਾਰਤ ਭੇਜਿਆ ਜਾ ਰਿਹਾ। ਇਹਨਾਂ ਦੇ ਵਿੱਚੋਂ 4 ਪੰਜਾਬ ਦੇ ਨੇ ਅਤੇ ਇਹ ਵੀ ਦੱਸਿਆ ਜਾ ਰਿਹਾ ਕਿ 2-3 ਦਿਨਾਂ ਤੱਕ ਉਹਨਾਂ ਦੇ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ। ਡਾਕਟਰ ਸਾਹਨੀ ਦਾ ਕਹਿਣਾ ਹੈ ਕਿ ਉਹ ਮਾਰਚ 2024 ਤੋਂ ਰੂਸ ਸਥਿਤ ਭਾਰਤੀ ਦੂਤਾਵਾਸ ਅਤੇ ਨਵੀਂ ਦਿੱਲੀ ਸਥਿਤ ਰੂਸੀ ਦੂਤਾਵਾਸ ਦੇ ਕੋਲ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਂਦੇ ਆ ਰਹੇ ਨੇ ਅਤੇ ਉਹਨਾਂ ਨੇ ਰਾਸ਼ਟਰਪਤੀ ਪੁਤਿਨ ਦੇ ਨਾਲ ਰੂਸ ਦੀ ਆਪਣੀ ਹਾਲੀਆ ਫੇਰੀ ਦੇ ਦੌਰਾਨ ਇਹ ਮੁੱਦਾ ਉਠਾਉਣ ਦੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਵੀ ਧੰਨਵਾਦ ਕੀਤਾ। ਉਹਨਾਂ ਨੇ ਅੱਗੇ ਦੱਸਿਆ ਹੈ ਕਿ ਰੂਸੀ ਫੌਜ ਦੇ ਵਿੱਚ ਭਰਤੀ ਹੋਏ ਕੁੱਲ 91 ਭਾਰਤੀ ਨੌਜਵਾਨਾਂ ਦੇ ਵਿੱਚੋਂ 8 ਸ਼ਹੀਦ ਹੋ ਗਏ, 15 ਨੂੰ ਹੁਣ ਵਾਪਸ ਭੇਜਿਆ ਜਾ ਰਿਹਾ ਅਤੇ ਬਾਕੀ 69 ਦੇ ਠੇਕੇ ਰੱਦ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਉਹ ਵੀ ਠੀਕ ਠਾਕ ਵਤਨ ਵਾਪਸ ਪਰਤਾਉਣਗੇ। ਡਾਕਟਰ ਸਾਹਨੀ ਦਾ ਕਹਿਣਾ ਕਿ ਉਹਨਾਂ ਦਾ ਦਫ਼ਤਰ ਰੂਸ ਦੇ ਵਿੱਚ ਫਸੇ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਲਗਾਤਾਰ ਹੀ ਸੰਪਰਕ ਦੇ ਵਿੱਚ ਹੈ। ਬੀਤੇ ਦਿਨੀ ਹੋਏ 22 ਸਾਲਾ ਨੌਜਵਾਨ ਦੇ ਕਤਲ ਕੇਸ ਦੀ ਗੁੱਥੀ ਨੂੰ ਪੁਲਿਸ ਦੇ ਵੱਲੋਂ ਸੁਲਝਾ ਲਿਆ ਗਿਆ। ਦਰਅਸਲ ਇੱਥੇ ਪੁਲਿਸ ਨੇ 5 ਦੋਸ਼ੀ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਨੇ। ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ SSP ਪਟਿਆਲਾ ਡਾਕਟਰ ਨਾਨਕ ਸਿੰਘ, ਜਿਨ੍ਹਾਂ ਦਾ ਕਹਿਣਾ ਹੈ ਕਿ 6 ਸਤੰਬਰ ਨੂੰ ਇੱਥੇ ਕੁਝ ਲੋਕਾਂ ਦੇ ਵੱਲੋਂ ਇਸ 22 ਸਾਲਾ ਨੌਜਵਾਨ ਨੂੰ ਘੇਰ ਕੇ ਇਸ ਦੀ ਮਾਰ ਕੁਟਾਈ ਕੀਤੀ ਗਈ ਅਤੇ ਫਿਰ ਚਾਕੂ ਦੇ ਨਾਲ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਦੱਸਿਆ ਵੀ ਜਾ ਰਿਹਾ ਕਿ ਇਸ ਕਤਲ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਵੀ ਚੋਰੀ ਦਾ। ਇਹਨਾਂ ਚੋਰਾਂ 'ਤੇ ਲੁੱਟ ਖੋਹ ਦੇ ਦੱਸਿਆ ਜਾ ਰਿਹਾ ਕਿ ਪਹਿਲਾਂ ਹੀ ਕਈ ਮਾਮਲੇ ਦਰਜ ਨੇ ਅਤੇ 5 ਦੇ ਵਿੱਚ ਇੱਕ ਜਿਹੜਾ ਇਹ ਬਦਮਾਸ਼ ਹੈ
ਉਹ ਨਾਬਾਲਗ ਦੱਸਿਆ ਜਾ ਰਿਹਾ ਅਤੇ ਇਹਨਾਂ ਪੰਜਾਂ ਦੇ ਵੱਲੋਂ ਜਿੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਪਹਿਲਾਂ ਇਹ ਚੋਰੀ ਦੇ ਕਈ ਮਾਮਲੇ ਇਹਨਾਂ 'ਤੇ ਦਰਜ ਨੇ ਅਤੇ ਹੁਣ ਇਹਨਾਂ ਦੇ ਵੱਲੋਂ ਕਤਲ ਕੀਤਾ ਗਿਆ। SSP ਦਾ ਕਹਿਣਾ ਹੈ ਕਿ ਪੁਰਾਣੀ ਰੰਜਸ ਦੇ ਚੱਲਦਿਆਂ ਇੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਿਸੇ ਕੁੜੀ ਨੂੰ ਲੈ ਕੇ ਇਹਨਾਂ ਦੀ ਆਪਸੀ ਰੰਜਸ ਸੀ, ਜਿਸ ਦੇ ਚੱਲਦਿਆਂ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਅਤੇ ਪੰਜ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ। ਵੀਰੇਂਦਰ ਸਤੰਬਰ 2024 ਨੂੰ ਦੁਪਹਿਰ ਸ਼ਾਮ ਦੀ ਗੱਲ ਹੈ। ਸ਼ਾਮ ਨੂੰ ਇੱਕ ਕਰਨ ਨਾਮ ਦਾ ਬੰਦਾ ਸੀ, ਉਮਰ 23 ਸਾਲ, ਅਤੇ ਆਪਣੇ ਦੋਸਤ ਨਾਲ ਜਾ ਰਿਹਾ ਸੀ ਮੋਟਰਸਾਈਕਲ 'ਤੇ। ਪੰਜ ਬੰਦਿਆਂ ਨੇ ਹਮਲਾ ਕਰਕੇ ਚੂੜਾ ਮਾਰ ਕੇ ਉਹਦਾ ਕਤਲ ਕਰ ਦਿੱਤਾ। ਸੋ ਇਹ ਕਾਫੀ ਰੇਸ਼ੀਆਨਾ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਕਤਲ ਕੀਤਾ ਗਿਆ ਸੀ, ਜਿਹੜੀ ਵੀਡੀਓ ਵੀ ਬਣੀ ਸੀ। ਸੋ ਕਾਫੀ ਇਹਦੇ ਨਾਲ ਲੋਕਾਂ 'ਚ ਸਹਿਮ ਵੀ ਹੋਇਆ ਸੀ, ਕ੍ਰੀਏਟ ਹੋਇਆ ਸੀ। ਸੋ ਇਹਦੇ 'ਚ ਮਾਮਲੇ ਦੀ ਸੰਜੀਦਗੀ ਨੂੰ ਸਮਝਦੇ ਹੋਏ ਇੱਕ ਸਪੈਸ਼ਲ ਟੀਮ ਕ੍ਰੀਏਟ ਕੀਤੀ ਗਈ, SP ਡੀ ਸਾਹਿਬ ਅਤੇ SP ਸਿਟੀ, ASP ਸਿਟੀ 1, ASP 3 ਇੰਚਾਰਜ CIA ਅਤੇ SHO ਸਿਲੰਡਰ। ਸੋ ਇਹ ਸਾਰੀ ਟੀਮ ਨੇ ਬੜਾ ਚੰਗਾ ਕੰਮ ਕਰਦੇ ਹੋਏ ਅਗਲੇ ਦਿਨ ਹੀ 2 ਬੰਦੇ ਇਹਦੇ 'ਚੋਂ ਅਰੈਸਟ ਕਰ ਲਏ ਗਏ ਸੀ, ਜਿਹੜੇ ਕਿ ਅਮਨਮੀਤ ਅਤੇ ਯੁਵਰਾਜ ਨੇ। ਟੋਟਲ 5 ਇਹਦੇ ਦੋਸ਼ੀ ਸੀ, ਇੱਕ ਜੁੜਿਆ ਗਿਆ। ਸੋ ਜਿਹੜੇ ਬਾਕੀ 3 ਦੋਸ਼ੀ ਸੀ ਉਹ ਵੀ ਅਗਲੇ ਦਿਨ ਅਰੈਸਟ ਕਰ ਲਏ ਗਏ। 2 ਇਹਦੇ 'ਚ ਮੋਟਰਸਾਈਕਲ ਵਰਤੇ ਗਏ ਸੀ ਪੂਰੀ ਵਾਰਦਾਤ ਦੇ ਵਿੱਚ, ਉਹ 2 ਮੋਟਰਸਾਈਕਲ ਵੀ ਬਰਾਮਦ ਕਰ ਲਏ ਗਏ, ਅਤੇ ਜਿਹੜਾ ਛੁਰਾ ਇੱਕ ਜਿਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਉਹ ਵੀ ਬਰਾਮਦ ਕਰ ਲਏ ਗਏ। ਜਿਹੜੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਪੰਜਾਂ ਦਾ, ਸਿੰਸ 1 ਇਜ਼ ਜੁਗਨੇ, ਸੋ ਉਹਦੇ ਬਾਰੇ ਨਾਮ ਵੀ ਨੋਟ ਡਿਸਕਲੋਸ, ਬਟ ਉਹਦੇ 'ਤੇ ਵੀ ਇੱਕ ਪਰਚਾ ਜਿਹੜਾ ਹੋਣ ਵਾਲਾ ਹੈ 302 ਦਾ ਉਹ ਹੋਇਆ। ਅਦਰਵਾਈਜ਼ ਜਿਹੜੇ ਬਾਕੀ 4 ਬੰਦੇ ਨੇ ਯੁਵਰਾਜ 'ਤੇ ਪਹਿਲਾ ਕ੍ਰਿਮੀਨਲ ਰਿਕਾਰਡ ਨਹੀਂ ਹੈ, ਪਹਿਲਾ ਪਰਚਾ। ਅਮਨਮੀਤ ਜਿਹੜਾ 7 ਤਰੀਕ ਨੂੰ ਫੜਿਆ ਗਿਆ ਸੀ ਯੁਵਰਾਜ ਦੇ ਨਾਮ, ਉਹਦੇ 'ਤੇ ਪਹਿਲਾਂ ਇੱਕ ਪਰਚਾ 307 ਦਾ ਰੁਤਬਾ ਸੀ। ਜਿਹੜਾ ਅੰਸ਼ ਹੈ ਉਹਦੇ 'ਤੇ 2 ਪਰਚੇ ਨੇ, ਪਹਿਲਾਂ ਇੱਕ 307 ਦਾ, ਦੋਨੋਂ 307 ਦੇ ਪਰਚੇ ਨੇ। ਅਤੇ ਜਿਹੜਾ ਚੌਥਾ ਬੰਦਾ ਸੀਗਾ ਤਰੁਣ ਕਿਰਪਾਲ, ਉਹਦੇ 'ਤੇ ਵੀ ਇੱਕ ਪਰਚਾ ਦਰਜ ਹੈ। ਸੋ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਪਹਿਲਾਂ ਇਹ ਹੈ ਕਿ ਕੁੜੀ ਨੂੰ ਲੈ ਕੇ ਇਹਨਾਂ ਦਾ ਆਪਸ 'ਚ ਰੌਲਾ ਸੀਗਾ। ਅੰਸ਼ ਵਾਜ਼ ਦਾ ਮੇਨ ਪਰਸਨ ਜਿਹਦੀ ਲੜਾਈ ਸੀ ਕਰਨ ਨਾਲ, ਅਤੇ ਬਾਕੀ ਉਹਦੇ ਯਾਰ ਦੋਸਤ ਸੀ ਜਿਹੜੇ ਉਹਦੇ ਨਾਲ ਆਏ ਸੀ। ਸੋ ਇਹਦੇ 'ਚ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ। 2 ਦੋਸ਼ੀਆਂ ਨੂੰ 7 ਤਰੀਕ ਨੂੰ ਜਦੋਂ ਅਰੈਸਟ ਕਰਨ ਗਏ ਸੀ ਪੁਲਿਸ, ਉੱਥੇ ਇਹਨਾਂ ਦਾ ਐਕਸੀਡੈਂਟ ਹੋਇਆ ਜਿਹਦੇ 'ਚ ਕਾਫੀ ਮੇਜਰ ਇਹਨਾਂ ਸੱਟਾਂ ਲੱਗੀਆਂ। ਸੋ ਹੋਸਪਿਟਲ 'ਚ ਐਡਮਿਟ ਕੀਤਾ ਗਿਆ ਇਹਨਾਂ ਨੂੰ, ਹੋਸਪਿਟਲ 'ਚ ਜਿਹੜੇ ਇਲਾਜ ਨੇ। ਸੋ ਇਲਾਜ ਤੋਂ ਬਾਅਦ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਊਗੀ, ਅਸੀਂ ਬਾਕੀਆਂ ਨੂੰ ਰਿਮਾਂਡ ਲਈ ਪੇਸ਼ ਕੀਤਾ ਜਾਊਗਾ ਕੋਰਟ 'ਚ, ਅਤੇ ਰਿਮਾਂਡ ਲੈ ਕੇ ਕੋਰਟ ਵੀ ਕੰਪਨੀ 'ਚ ਫਾਈਨਲ ਪੁਆਇੰਟਸ ਕੱਢਣ ਵਾਲੇ ਨੇ। ਤੁਹਾਡੇ ਦੋਨੋਂ ਦੇ ਹਾਂ ਦਿਖ ਰਹੀ ਦੇਖੋ ਨਹੀਂ, ਇਹਦਾ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਹੈ। ਉਹ ਮਾਮਲਾ ਇਹ ਸੀਗਾ ਜਿਹੜੀ ਪੂਰੀਆਂ ਜਿਹੜਾ ਮਰਨਾ ਸੀ ਉਹਨੂੰ ਮੈਸੇਜ ਵਗੈਰਾ ਕਰਦਾ ਸੀ ਕਰਕੇ, ਉਹਦੇ ਨਾਲ ਇਹਨਾਂ ਨੇ ਆ ਕੇ ਉਹਨੂੰ ਕੁੱਟ ਕੇ ਅਤੇ ਬਾਅਦ 'ਚ ਛੁਰਾ ਮਾਰ ਕੇ ਉਹਦਾ ਕਰਦਾ ਮੀਡੀਆ ਤੱਕ ਇਹੋ ਜਿਹੀ ਕੋਈ ਚੀਜ਼ ਨਹੀਂ ਸਾਹਮਣੇ ਆਈ ਕਿ ਪਹਿਲਾਂ ਕੋਈ ਧਮਕੀ ਦਿੱਤੀ ਹੋਵੇ ਜਾਂ ਸੋਸ਼ਲ ਮੀਡੀਆ 'ਤੇ ਕੋਈ ਇੱਦਾਂ ਦੀ ਗੱਲਬਾਤ ਹੋਈ ਹੋਵੇ, ਨਾ ਹੀ ਸਾਡੇ ਕੋਲ ਇਹਦੇ ਬਾਰੇ ਅੱਜ ਤੱਕ ਕੋਈ ਧਮਕੀ ਦਿੱਤੀ। ਸਰ ਪਹਿਲਾਂ ਕਿਸ ਲੜਾਈ ਝਗੜੀ ਸ਼ਾਮਲ ਸੀ ਕਹਿ ਰਹੇ ਸੀ 307 ਦੇ ਪਰਚੇ ਗਏ।
ਦੇਖੋ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕੀ ਕਾਰਨ ਸੀਗੇ, ਬਟ ਜਿਹੜਾ ਅਜੇ ਤੱਕ ਪ੍ਰੀਲਿਮਿਨਰੀ ਸਾਡੇ ਕੋਲ ਕਾਰਨ ਆਇਆ ਉਹਨਾਂ ਨੂੰ ਦੱਸ ਦਿਓ। ਜੇ ਕੋਈ ਐਡੀਸ਼ਨਲ ਕੋਈ ਕਾਰਨ ਹੋਊਗਾ ਉਹ ਇਨਵੈਸਟੀਗੇਸ਼ਨ 'ਚ ਸਾਹਮਣੇ ਆ ਜਾਵੇ। ਸਰ ਕੋਈ ਹੋਰ ਵੀ ਕਾਰਨ ਸੀਗਾ ਕਿ ਜਿਹਦੇ ਕਰਕੇ ਇਹਨਾਂ ਦੀ ਆਪਸ ਵਿੱਚ ਦੁਸ਼ਮਣੀ ਹੋਈ? ਸਰ ਵਿਸ਼ਾਲ ਦੀ ਪਰਿਵਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਵਿਸ਼ਾਲ ਲੈ ਕੇ ਗਿਆ ਜੀ, ਵਿਸ਼ਾਲ ਦੀ ਵੀ ਕੋਈ ਆਈ ਹੈ ਇਹਦੇ ਵਿੱਚ? ਨਹੀਂ, ਵਿਸ਼ਾਲ ਦੀ ਇਹਦੇ 'ਚ ਹਜੇ ਤੱਕ ਕੋਈ ਸ਼ਮੂਲੀਅਤ ਨਹੀਂ ਹੈ। ਵਿਸ਼ਾਲ ਬਾਈਕ ਚਲਾ ਰਿਹਾ ਸੀਗਾ ਜੀ, ਸੋ ਉਸ ਵੇਲੇ ਪਿੱਛੇ ਬੈਠਾ ਸੀ ਕਰਨ ਜਿਹੜਾ ਮਿੱਤਰ, ਪਰ ਹਜੇ ਤੱਕ ਇਨਵੈਸਟੀਗੇਸ਼ਨ 'ਚ ਵਿਸ਼ਾਲ ਦੀ ਕੋਈ ਸ਼ਮੂਲੀਅਤ ਨਹੀਂ ਹੈ, ਬਟ ਉਹਦਾ ਰੋਲ ਇਹ ਸਾਬਤ ਕੀਤਾ ਜਾ ਰਿਹਾ। ਜੇ ਉਹਦੀ ਵੀ ਕੋਈ ਸ਼ਮੂਲੀਅਤ ਆਊਗੀ ਤਾਂ ਉਸ ਹਿਸਾਬ ਨਾਲ ਕਰਦੇ। ਲੜਕੀ ਤੋਂ ਇਲਾਵਾ ਇਹ ਆਪਸ 'ਚ ਵੈਸੇ ਨੌਨ ਸੀਗੇ ਇੱਕ ਦੂਜੇ ਦੇ? ਹਾਂ, ਦੋਨੋਂ ਪਾਰਟੀ। ਸਰ ਉਹਦੀ ਮਦਰ ਦਾ ਕਹਿਣਾ ਕਿ ਵਿਸ਼ਾਲ ਉਹਦੇ ਤੋਂ ਵਾਰ ਵਾਰ ਪੈਸੇ ਦੀ ਮੰਗ ਕਰ ਰਿਹਾ ਸੀ ਕਾਫੀ ਦੇਰ ਤੋਂ। ਨਹੀਂ, ਉਹਨਾਂ ਦੀ ਮਦਰ ਦੇ ਜਿਹੜੇ ਵੀ ਕੋਈ ਸ਼ੰਕੇ ਹੈ ਜਾਂ ਕੋਈ ਚੀਜ਼ ਹੈ ਜਿਹੜੀ ਉਹ ਚਾਹੁੰਦੇ ਨੇ ਕਿ ਇਨਵੈਸਟੀਗੇਟ ਹੋਵੇ ਤਾਂ ਫੀਸ ਲਿਆਦੀ ਜਾਵੇ, ਉਹਨੂੰ ਡੂੰਘਾਈ ਨਾਲ ਤਫਤੀਸ਼ ਕੀਤੀ ਜਾਊਗੀ। ਜਿਵੇਂ ਪਹਿਲਾਂ ਦੱਸਿਆ ਕਿ ਸੀਨੀਅਰ ਆਫਿਸਰ ਦੀ ਇਹਦੇ 'ਚ ਟੀਮ ਹੈ ਜਿਹੜੀ ਇਨਵੈਸਟੀਗੇਟ ਕਰ ਰਹੀ, ਸੋ ਜਿਹੜਾ ਵੀ ਕੋਈ ਇਹੋ ਜਿਹਾ ਐਂਗਲ ਹੋਊਗਾ ਉਹਨਾਂ ਨੂੰ ਲੱਗਦਾ ਕਿ ਇਹਦੇ 'ਚ ਤਫਤੀਸ਼ 'ਚ ਲਿਆਉਣਾ ਪੈਂਦਾ, ਉਹਨੂੰ ਤਫਤੀਸ਼ ਲਿਆਈ ਨਾਲ ਕਰਕੇ ਵੀਲ ਇਨਸ਼ੋਰ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਰ ਦਿਓ। ਸਰ ਕਿਸੇ ਨੂੰ ਕੋਈ ਬੰਦਾ ਸੀਸੀਟੀਵੀ ਵੀਡੀਓ ਕਾਲ ਲਾਈਵ ਦਿਖਾ ਰਿਹਾ ਦੱਸਦਾ? ਨਹੀਂ, ਹਜੇ ਤੱਕ ਇਹੋ ਜਿਹੀ ਕੋਈ ਚੀਜ਼ ਨਹੀਂ ਆਈ, ਬਟ ਮੈਂ ਇਹ ਜ਼ਰੂਰ ਵਾਰਨਿੰਗ ਦੇਣੀ ਚਾਹੂੰਗਾ ਸਾਰਿਆਂ ਨੂੰ ਕਿ ਜੇ ਕੋਈ ਇਹੋ ਜਿਹਾ ਕੋਈ ਕ੍ਰਾਈਮ ਹੁੰਦਾ ਹੈ, ਕੋਈ ਪੈਡੀ ਕ੍ਰਾਈਮ, ਕੋਈ ਸਨੈਚਿੰਗ, ਕੋਈ ਚੋਰੀ ਹੁੰਦੀ ਹੈ ਜਾਂ ਕੋਈ ਇਹੋ ਜਿਹਾ ਵਾਇਲੈਂਟ ਕ੍ਰਾਈਮ ਹੁੰਦਾ, ਤਾਂ ਉਹਨਾਂ ਦੇ ਖਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾਊਗਾ ਐਂਡ ਹਾਰਸ਼ ਟੂ ਹਾਰਸ਼ ਐਕਸ਼ਨ ਪੁਲਿਸ ਵੱਲੋਂ ਲੈਣੀ। ਇਹ ਪਲਾਨ ਮਾਡਲ ਸੀਗਾ ਜਾਂ ਸਡਨਲੀ ਪਲਾਨ ਮਾਡਲ? ਠੀਕ।